ਕਿਵੇਂ ਬੰਟੀ? ਵਧੀਆ ਯਾਰ, ਤੂੰ ਦੱਸ? ਆ ਜਾ ਸ਼ਹਿਰ ਘੁਮਾ ਲਿਆ ਵਾ। ਮੈਂ ਨੀ ਆਉਂਦਾ ਵੇਲਿਆ, ਗਰਮੀ ਵਹਿੰਦਾ ਵੀ ਕਿੰਨੀ ਆ, ਚੀਕਾਂ ਕੜਾਈ ਵਹਿੰਦੀ। ਬਾਕੀ ਤੇਰੀ ਮਰਜ਼ੀ ਦੀ ਗੱਲ ਹੈ, ਵੈਸੇ ਮੈਂ ਤਾਂ ਸੋਚਦਾ ਪਿਆ ਆ ਇੱਕ ਦਾ ਪੇਜ ਤੈਨੂੰ ਖਵਾ ਦੱਸਾਂ। ਮਾਰਗ ਇੱਕ ਕਰ ਸਟਾਰਟ, ਚੱਲ ਚੱਲੀਏ। ਚੱਲਦਾ ਕਿਉਂ ਨਹੀਂ? ਵੇਖ ਮੋਂਟੀ, ਹੁਣ ਗੱਲ ਸੁਣ ਮੇਰੀ ਧਿਆਨ ਨਾਲ। ਆ ਪੀਜ਼ਾ ਪੂਜਾ ਖਵਾਵਣ ਦਾ ਤਾਂ ਮੈਂ ਮਾਰਿਆ ਆ ਝੂਠ, ਅੱਜ ਮੈਂ ਲਾਊਂਗਾ ਇੱਕ ਜੁਗਾੜ ਬਹੁਤ ਹੀ ਵੱਡਾ, ਤੇ ਇਸ ਜੁਗਾੜ ਵਾਸਤੇ ਮੈਨੂੰ ਚਾਹੀਦਾ ਤੇਰਾ ਸਾਥ। ਓ ਬਰਾਵਾ, ਆ ਜੋੜੇ ਤੇਰੇ ਅੱਗੇ ਹੱਥ, ਮੇਰੇ ਤੂੰ ਨਹੀਂ ਹੋਣਾ ਚੋਰੀ ਚਾਰੀ ਵਾਲਾ ਕੰਮ, ਮੇਰੇ ਹੱਥ ਖੜੇ ਨਹੀਂ। ਪਿਛਲੀ ਵਾਰ ਦੀ ਯਾਦ ਆ ਮੈਨੂੰ, ਥਾਣੇ ਤੋਂ ਬਾਹਰ ਚੀਕਾਂ ਜਾਂਦੀਆਂ ਹੀ ਆ ਮੇਰੀਆਂ। ਅੱਜਾ ਬਿੱਜੂ ਆ ਰਹਿ ਗਏ, ਬਿੱਜੂ ਦਾ ਬਿੱਜੂ। ਮੈਨੂੰ ਇੱਕ ਗੱਲ ਦੱਸ, 8-10 ਹਜ਼ਾਰ ਦੀ ਨੌਕਰੀ ਤੇ ਕਿੰਨੇ ਦਿਨ ਤੱਕ ਟਿਕਿਆ ਰਹੇ ਸੀ? ਭਰਾ ਟੁੱਟਾ ਜੇ ਵੀਵੋ ਦਾ ਫੋਨ ਲੈ ਕੇ ਆਦੀ ਰਨ ਨੂੰ ਕਦੋਂ ਤੱਕ ਇੰਪ੍ਰੈਸ ਕਰਦਾ ਰਵੇਂਗਾ? ਅਗਰ ਭਰਾ ਜ਼ਿੰਦਗੀ 'ਚ ਕੁਛ ਵੱਡਾ ਕੰਮ ਕਰਨਾ ਹੈ ਨਾ, ਰਿਸਕ ਤਾਂ ਲੈਣਾ ਹੀ ਪਏ ਸੀ। ਬਾਕੀ ਮੈਂ ਤੈਨੂੰ ਜ਼ਬਰਦਸਤੀ ਨਹੀਂ ਆਉਂਦਾ ਕਿ ਤੂੰ ਮੇਰੇ ਨਾਲ ਚੱਲ, ਮੈਂ ਕਿਸੇ ਹੋਰ ਬੇਲੀ ਨੂੰ ਆਖ ਦੱਸਾਂ, ਮੇਰੇ ਵਾਧੂ ਯਾਰ ਬੇਲੀ ਖਾਲੀ ਬੰਦਨ। ਬਾਕੀ ਮੈਂ ਇਹ ਗੱਲ ਸੁਣੀ ਹੈ ਕਿਸੇ ਕੋਲ ਕਿ ਉਹਨਾਂ ਕੋਲ ਸੋਨਾ 8-10 ਲੱਖ ਦਾ ਪਿਆ। ਲੈ ਕਰ ਗਈ ਨਿੱਕੀ ਗੱਲ, ਮੇਰੇ ਹੁੰਦੇ ਹੋਏ ਤੂੰ ਕਿਸੇ ਹੋਰ ਨੂੰ ਲੈ ਕੇ ਜਾਵਾਂਗਾ ਇਹਦੇ ਨਾਲ, ਪਰ ਮਨ ਚ ਇਹ ਨਾ ਸੋਚੀ ਮੈਂ ਸੋਨੇ ਕਰਕੇ ਜਾਂਦਾ ਪਿਆ, ਯਾਰੀ ਤਾਂ ਸਾਲਾ ਮਾਣੀ ਇੰਨਾ, ਚੱਲ ਕਿੱਥੇ ਚੱਲਣਾ ਚੱਲ। ਸ਼ੁਕਰ ਹੈ ਰੱਬ ਦਾ, ਸਾਫ ਸਾਫ ਬਚ ਗਏ ਸਾਰੇ। ਦਿਨ ਨੂੰ ਮੈਂ ਕਹਿ ਰਿਹਾ ਮੈਂ ਨਹੀਂ ਜਾਂਦਾ ਤੇਰੇ ਨਾਲ, ਫਿਰ ਮੈਨੂੰ ਜ਼ਬਰਦਸਤੀ ਲੈ ਕੇ ਆਏ ਤੂੰ। ਉਹ ਡਰਪੋਕ ਦੀ ਔਲਾਦ ਆ, ਵਿੱਚੇ ਮੂਤਰੀ ਬਣਾ ਕੀ ਗੱਲ, ਨਾਲੇ ਆਪਾਂ ਕਦੇ ਪਕੜੇ ਗਏ ਆ? ਅਗਰ ਪਕੜੇ ਗਏ ਹੁੰਦੇ ਨਾ ਤਾਂ ਫਿਰ ਰੱਖੀਆਂ ਨਾ, ਨਾਲੇ ਆਹ ਕੰਮ ਇਹ ਤਾਂ ਰੋਜ਼ ਹੁੰਦਾ ਮੇਰੇ ਨਾਲ। ਅਬੇ ਉਹ ਗੱਲ ਨਹੀਂ ਹੈ ਯਾਰ, ਪਿਛਲੀ ਵਾਰ ਤਾਂ ਪੁਲਿਸ ਦਾ ਪੈਟਰੋਲ ਲੱਗਾ, ਹਲੇ ਤੱਕ ਯਾਦ ਹੈ ਮੈਨੂੰ। ਪੈਟਰੋਲ ਤਾਂ ਬੱਚੂ ਤੁਹਾਨੂੰ ਇਸ ਵਾਰ ਵੀ ਲੱਗੇਗਾ, ਬਚ ਕੇ ਕਿਵੇਂ ਜਾ ਸਕਦੇ ਨੇ? ਸਾਲਾ ਤੁਸੀਂ ਦੁਖੀ ਕਰ ਰੱਖਿਆ, ਪਿਛਲੀ ਵਾਰ ਮੈਂ ਤੁਹਾਨੂੰ ਆਖਿਆ ਮੇਰੀ ਨਜ਼ਰਾਂ ਤੋਂ ਬਚ ਕਰੋਗੇ, ਬਚ ਕਰੋਗੇ ਸਾਲਾ, ਤੁਸੀਂ ਬਚ ਕਰੋਗੇ। ਤੇ ਤੂੰ ਕਿੱਥੋਂ ਆ ਗਈ ਏ? ਅਜੇ ਤੂੰ ਚੋਰੀ ਕਰੀ ਦੀ ਕੋਈ ਨਹੀਂ, ਤੂੰ ਭਈ ਲੈ ਜਾਂਦਾ ਹੀ ਸਾਲਾ। ਤੁਹਾਡੇ ਤਾਂ ਮੈਂ ਇਸ ਵਾਰ ਲਵਾ ਸਾ 76, 2 ਸਾਲ ਤੁਸੀਂ ਬਾਹਰ ਨਹੀਂ ਆ ਸਕਦੇ, ਹਿਸਾਬ ਲਾ ਲਓ ਤੁਸੀਂ। 76? ਉਹ ਯਾਰ ਚੋਰੀ ਦੇ ਕੇਸ ਤੇ 76 ਕਦੋਂ ਦੀ ਲੱਗਣ ਲੱਗ ਪਈ ਏ? 76 ਲੱਗ ਨਹੀਂ ਸਕਦੀ, ਮੈਨੂੰ ਸਾਰੇ ਕਾਨੂੰਨ ਦਾ ਪਤਾ, ਚਾਚਾ ਵਕੀਲ ਆ ਮੇਰਾ, 76 ਨਹੀਂ ਲੱਗ ਸਕਦੀ। ਅੱਛਾ, ਪੁਲਿਸ ਤਾਂ ਰੱਸੀ ਦਾ ਸੱਪ ਤੇ ਖੱਬ ਦਾ ਕਾਂ ਬਣਾ ਦਿੰਦੀ ਏ, ਤੁਹਾਡੇ ਤਾਂ 76 ਮੈਂ ਲਵਾ ਕੇ ਛੱਡਾਂਗਾ। ਮੋਟੀ ਚਾਚਾ ਤੇਰਾ ਵਕੀਲ ਹੈ ਨਾ, ਪੁਲਿਸ ਦਾ ਹੱਕ ਕੋਈ ਨਹੀਂ ਕਿਸੇ ਨੂੰ ਕੁੱਟਣ ਦਾ, ਇਹਨੇ ਆਪਾਂ ਨੂੰ ਛਿੱਲਿਆ, ਤੇਰੇ ਚਾਚੇ ਨੂੰ ਆ ਕੇ ਤੇ ਕੇਸ ਸੁਣਾਵਾਂਗੇ। ਸਾਰੇ ਚੁੱਪ ਕਰ, ਆਪਾਂ ਅਜੇ ਪਟੇ 'ਚ ਨਹੀਂ ਪਟ ਗਏ, ਪੁਲਿਸ ਡਾਂਗ ਬੜੀ ਫੇਰਦੀ ਮੈਂ ਸੁਣਿਆ। ਵੇਖ ਕਈ ਡਰਾਤਾ ਨਾ ਡਰਾਤਾ, ਕੇਸ ਨਾ ਤਾਂ ਵੱਡੇ ਵੱਡੇ ਦੀ ਫੜ ਜਾਂਦੀ ਹੈ, ਚਾਚਾ ਵਕੀਲ ਹੈ ਯਾਰ, ਐਵੇਂ ਦੀ ਗੱਲ ਥੋੜੀ ਆ ਮੇਰੀ। ਮੋਂਟੀ ਹੁਣ ਆ ਕੇ ਬਲਾ ਕੱਢੀ ਲਿਉਂਦਾ। ਐ ਮਾਊ ਕਿਉਂ ਮਾਰੀ ਜਾਂਦੇ ਸਾਨੂੰ, ਮੇਰਾ ਤਾਂ ਕੋਈ ਕਸੂਰ ਹੀ ਕੋਈ ਆ ਲੈ ਗਿਆ ਮੈਨੂੰ ਪੀਜ਼ਾ ਖਾਣ ਦੇ ਲਈ, ਪੀਜ਼ਾ ਖਾਣ ਦੇ ਲਈ ਇਹਨੂੰ ਤੇ ਗੋਲੀ ਮਾਰਦਾ, ਦਲੀਲ ਕੀਤੀ ਗਲੇ। ਖਾਂਦੇ ਤਾਂ ਪਏ ਨੇ ਪੀਜ਼ਾ, ਜੇ ਕੋਈ ਕਮੀ ਰਹਿ ਗਈ ਤਾਂ ਕੁਝ ਹੋਰ ਖਵਾ ਦੇਣਾ। ਨਾ ਸਰ ਜੀ,
ਮੇਰਾ ਢਿੱਡ ਤਾਂ ਫੁੱਲ ਹੈ, ਇਹਨੂੰ ਪੁੱਛ ਲੋ। ਸਾਲੇ ਅਜੇ ਵੀ ਬਚੇ ਹੋਏ ਆ ਪੁਲਿਸ ਵਾਲੇ, ਮੈਂ ਸੁਣਿਆ ਮੁਰਗਾ ਵੀ ਬਣਾ ਦੇ। ਬੜੇ ਸਿਆਣੇ ਨੇ, ਬਣ ਜਾ ਫਿਰ ਮੁਰਗਾ ਵੀ ਹੁਣ। ਅੱਜਾ ਚੁੱਪ ਨੀ ਹੋਇਆ ਜਾਂਦਾ ਤੇਰੇ ਕੋਲ, ਫਿਰ ਮਰਵਾ ਦਿੱਤਾ ਜੀ। ਸਰ ਜੀ ਮੈਂ ਮੁਰਗਾ ਤਾਂ ਨੀ ਬਣ ਸਕਦਾ, ਮੇਰੀ ਰੀੜ ਦੀ ਹੱਡੀ ਤੋਂ ਪ੍ਰੈਸ਼ਰ ਆਇਆ। ਤੂੰ ਅੱਜ ਤੱਕ ਨਵੀਂ ਚੀਜ਼ ਬਣ ਕੇ ਖਾ ਦੇਵਾਂ, ਜਹਾਜ਼ ਬਣ ਜਾਵਾਂ ਮੈਂ। ਲੈ ਮੁਰਗੇ ਤਾਂ ਬੜੇ ਬੜਾ ਹਨ, ਅਸੀਂ ਕਰ ਤੂੰ ਜਹਾਜ਼ ਹੀ ਬਣ ਜਾ। ਕਿਤੇ ਗਿਆ ਸਰ ਜੀ? ਉਹ ਜਾਂਦਾ ਜੀ ਜਹਾਜ਼ ਧੂਆਂ ਕੱਢਦਾ। ਇਹ ਤਾਂ ਸਾਲਾ ਫੱਜ ਗਿਆ। ਸਰ ਜੀ ਇਹ ਗੱਲ ਆਖਾ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਹੈਲੀਕਾਪਟਰ ਬਣ ਕੇ ਵਿਖਾਵਾਂ। ਚੁੱਪ, ਬਣ ਮੁਰਗਾ ਬਣਾਵਾ ਹੈਲੀਕਾਪਟਰ। ਚਾਹ ਪੱਤੀ, ਖੰਡ, ਹੋਰ ਕੀ ਹੈ, ਨਮਕ ਹੈ। ਓਏ ਸਾਲਿਆ ਤੁਸੀਂ ਵੱਡੇ ਚੋਰ ਲੱਗਦੇ ਨੇ। ਥੈਂਕ ਗੋਡ ਚੋਰ ਫੜਾ ਗਿਆ। ਓਹੋ ਆਓ ਮੈਡਮ ਜੀ, ਤੁਹਾਡੇ ਘਰੋਂ ਚੋਰੀ ਹੋਈ ਹੈ? ਨਾ ਸਾਡੇ ਗਵਾਂਢੀ ਘਰੋਂ ਚੋਰੀ ਹੋਈ ਹੈ, ਉਹ ਤੈਨੂੰ ਦਰੋਗਾ ਕਹਿੰਦੇ ਬਣਾ ਦਿੱਤਾ। ਸਾਡੇ ਘਰੋਂ 2 ਵਾਰ ਚੋਰੀ ਹੋ ਚੁੱਕੀ ਹੈ ਇਸ ਮਹੀਨੇ, ਪਿਛਲੀ ਵਾਰ ਤਾਂ ਹੱਥ ਹੀ ਹੋ ਗਈ, ਸੋਨਾ ਚੀਰ ਕੇ ਲੈ ਕੇ 2 ਕਿਲੋ, ਤੈਨੂੰ ਕੱਦੂ ਤਾਂ ਪਤਾ। ਨਾ ਨਾ ਸਰ ਜੀ ਆਹ ਕਾਲਾ ਬਤਾਊ ਜੀ, ਇਹ ਝੂਠ ਬੋਲਦਾ ਪਿਆ। ਇਹ ਨਗਰ ਕੋਈ ਸੋਨਾ ਸੋਨਾ ਕੋਈ ਨੀ ਆਇਆ, ਅਸੀਂ ਪਿਛਲੀ ਵਾਰ ਚੋਰੀ ਕੀਤੀ 20 ਗ੍ਰਾਮ ਚਾਂਦੀ ਤੇ 1/2 ਕਿਲੋ ਪਿੱਤਲ ਲੈ ਗਿਆ। ਧਰਤੀ ਮਾਤਾ ਦੀ ਸੋਗ ਆਂਦਾ ਪਿਆ ਸਰ ਜੀ। ਇਹਦਾ ਮਤਲਬ ਸਾਲਾ ਪਿਛਲੀ ਵਾਰ ਤੁਸੀਂ ਚੋਰੀ ਕੀਤੀ ਹੈ, ਉਸ ਚੋਰੀ ਦੀ ਮੈਨੂੰ ਬੜੇ ਦਿਨਾਂ ਦੀ ਤਲਾਸ਼ ਆਈ, ਲੱਗ ਗਿਆ ਇੱਥੇ ਅੱਜ ਤੁਸੀਂ ਬੱਲੂ। ਤੈਨੂੰ ਦਰੋਗਾ ਆਖਣ ਦੇ ਦਿਲ ਤਾਂ ਨਿਕਲਦਾ ਪਿਆ ਮੇਰਾ। ਤੂੰ ਮੈਨੂੰ ਇਹ ਦੱਸ, ਅਸੀਂ ਇਸ ਮਹੀਨੇ 2 ਵਾਰੀ ਘਰੋਂ ਬਾਹਰ ਗਏ, 2 ਹੀ ਵਾਰੀ ਚੋਰੀ ਹੋ ਗਈ ਹੈ, ਮੈਨੂੰ ਸਮਝ ਨਹੀਂ ਹੁੰਦੀ ਪਈ ਇਹਨਾਂ ਨੂੰ ਦੱਸਦਾ ਕੌਣ ਹੈ। ਹੈ ਓਏ ਤੂੰ ਮੈਨੂੰ ਇਹ ਦੱਸ ਵੀ ਤੁਹਾਨੂੰ ਦੱਸਦਾ ਕੌਣ ਹੈ ਵੀ ਘਰੇ ਕੌਣ ਯਾਰ? ਇਹ ਗੱਲ ਤਾਂ ਨਹੀਂ ਮੈਂ ਦੱਸ ਸਕਦਾ। ਨਹੀਂ ਦੱਸ ਸਕਦਾ ਉੱਠੋ ਤਾਂ, ਦੱਸ ਦੇ ਬੰਦਾ ਬਣ ਕੇ ਦੱਸ ਦੇ, ਡਾਂਗ ਵਾਲੀ ਤੇਰੇ ਤਾਂ ਮੈਂ ਹੋਰ। ਇਹ ਗੱਲ ਨਹੀਂ ਮੈਂ ਦੱਸ ਸਕਦਾ ਸਰ ਜੀ। ਦੱਸ ਦੇ ਆ ਮੈਂ ਲਿਆਵਾਂ ਪੈਟਰੋਲ ਫਿਰ ਤੇਰੇ ਵਾਸਤੇ। ਨਾ 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 ਪੈਟਰੋਲ ਨਾ ਲਿਆਵੀ ਸਰ ਜੀ, ਦੱਸ ਨਾ ਦੱਸ ਨਾ ਦੱਸ ਨਾ। ਦੱਸ ਜਲਦੀ ਦੱਸ ਸਰ ਜੀ, ਜਿਹੜੀ ਇਹਦੀ ਰਨ ਹੈ ਨਾ ਗੋਰੀ ਜੀ, ਅਸੀਂ ਇਹਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਰੱਖਿਆ। ਆ ਵੇਖੋ ਜਿੰਨੇ ਸੂਰਜ ਨਿਕਲਿਆ ਖੜਾ। ਓਏ